ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਸਵਾਗਤ ਹੈ ਸਾਡੇ ਯੂਟਿਊਬ ਚੈਨਲ 'ਤੇ। ਅੱਜ ਆਪਾਂ ਸਿਰਫ ਇੱਕ ਸਿਲਾਈ ਦਾ ਡਿਜ਼ਾਇਨ ਲੈ ਕੇ ਆਏ ਹਾਂ। ਸਿੱਧੀ ਸਾਈਡ ਇਸ ਤਰ੍ਹਾਂ ਬਣ ਕੇ ਆਉਂਦਾ, ਬੈਕ ਸਾਈਡ ਇਸ ਤਰ੍ਹਾਂ ਬਣ ਕੇ ਆਊਗਾ। ਬਹੁਤ ਹੀ ਸੌਖਾ ਡਿਜ਼ਾਇਨ ਆ, ਆਲ ਪ੍ਰੋਜੈਕਟ ਡਿਜ਼ਾਇਨ ਆ, ਕਿਸੇ ਵੀ ਪ੍ਰੋਜੈਕਟ 'ਚ ਪਾ ਸਕਦੇ ਹਾਂ। ਇਹ ਆਪਾਂ ਸ਼ੁਰੂ ਕਿਵੇਂ ਕਰਨਾ, ਤਿੰਨ ਤਿੰਨ ਧਾਗਿਆਂ ਦੇ ਸਾਨ ਆਪਾਂ ਧਾਗੇ ਰੱਖਣੇ ਆ। ਪਹਿਲਾ ਧਾਗਾ ਆਪਾਂ ਬਿਨਾਂ ਬੁਣੇ ਉਤਾਰਾਂਗੇ, ਫਿਰ ਆਪਾਂ ਧਾਗਾ ਆਪਣੀ ਸਾਈਡ ਲੈ ਕੇ ਆ ਕੇ ਇੱਕ ਉਲਟਾ ਬਣਾਵਾਂਗੇ। ਉਲਟਾ ਬਣਾ ਕੇ ਧਾਗਾ ਆਪਾਂ ਬੈਕ ਸਾਈਡ ਲੈ ਜਾਵਾਂਗੇ। ਹੁਣ ਇਹ ਦੋ ਧਾਗੇ ਆ, ਇਹਨੂੰ ਆਪਾਂ ਜਿਹੜਾ ਆਪਣਾ ਇਹ ਦੂਸਰਾ ਧਾਗਾ, ਇਹ ਧਾਗੇ ਨੂੰ ਪਹਿਲਾਂ ਆਪਾਂ ਸਿੱਧਾ ਬੁਣਾਂਗੇ। ਪਹਿਲਾਂ ਦੂਸਰੇ ਨੂੰ ਬੁਣਨਾ, ਇਹਨੂੰ ਕੱਢਣਾ ਨਹੀਂ, ਦੂਸਰੇ ਨੂੰ ਬੁਣ ਕੇ ਹੁਣ ਆਪਾਂ ਪਹਿਲੇ ਧਾਗੇ ਨੂੰ ਬੁਣਨਾ। ਇਸ ਤਰ੍ਹਾਂ ਇਹ ਤਿੰਨ ਧਾਗੇ ਦੁਬਾਰਾ ਦੁਬਾਰਾ ਕਰਨੇ ਨੇ ਆਪਾਂ ਨੇ। ਇੱਕ ਉਲਟਾ ਧਾਗਾ ਬੈਕ ਸਾਈਡ, ਦੂਜੇ ਧਾਗੇ ਨੂੰ ਆਪਾਂ ਪਹਿਲਾਂ ਬੁਣਨਾ। ਪਹਿਲਾਂ ਆਪਾਂ ਇਹਨੂੰ ਇਸ ਤਰ੍ਹਾਂ ਕਰ ਲਾਂਗੇ, ਇਸ ਤਰ੍ਹਾਂ ਬੁਣ ਕੇ ਫਿਰ ਦੂਜੇ ਨੂੰ ਬੁਣਨੇ। ਸਿੱਧੇ ਹੀ ਨੇ ਬੈਕ ਸਾਈਡ ਤੋਂ, ਬਸ ਪਹਿਲਾਂ ਦੂਜਾ ਧਾਗਾ ਬੁਣਨਾ, ਇਹੀ ਦੁਬਾਰਾ ਤਿੰਨ ਧਾਗੇ ਦੁਬਾਰਾ ਦੁਬਾਰਾ ਰਿਪੀਟ ਕਰੀ ਜਾਣੇ। ਬਹੁਤ ਸੋਹਣਾ ਪੈਟਰਨ ਬਣ ਕੇ ਆਊਗਾ। ਬੈਕ ਸਾਈਡ ਤੋਂ ਵੀ ਇਹਦਾ ਸਿੱਧੀ ਸਿਲਾਈ ਨਹੀਂ ਲੰਘਦੀ, ਥੋੜ੍ਹਾ ਜਿਹਾ ਡਿਜ਼ਾਇਨ ਪੈਂਦਾ। ਇਸ ਤਰ੍ਹਾਂ ਇਹ ਆਪਣਾ ਸਾਰਾ ਬਣੀ ਜਾਊਗਾ। ਜੇਕਰ ਸਾਡੇ ਚੈਨਲ 'ਤੇ ਨਵੇਂ ਆਏ ਹੋ, ਚੈਨਲ ਨੂੰ ਸਬਸਕ੍ਰਾਈਬ ਕਰੋ ਇਸ ਤਰ੍ਹਾਂ ਦੇ ਸੌਖੇ ਸੌਖੇ ਡਿਜ਼ਾਇਨ ਵੇਖਣ ਲਈ। ਬਹੁਤ ਪਿਆਰਾ ਬਣ ਕੇ ਆਉਂਦਾ, ਸਿੱਧਾ ਸਿੱਧਾ ਇੱਕ ਵਾਰ ਸ਼ੁਰੂ ਹੋਗਾ ਉੱਥੇ ਚੱਲੂਗਾ, ਇਹਦਾ ਕੋਈ ਆਪਾਂ ਨੇ ਜਗ੍ਹਾ ਨਹੀਂ ਚੇਂਜ ਕਰਨੀ। ਇੱਕ ਵਾਰ ਆਪਾਂ ਜਿੱਥੇ ਰੱਖ ਲਿਆ ਤਿੰਨ ਧਾਗਿਆਂ ਦਾ, ਉਹੀ ਤਿੰਨ ਧਾਗੇ ਦੁਬਾਰਾ ਦੁਬਾਰਾ ਰਿਪੀਟ ਹੋਈ ਜਾਣਗੇ। ਉਲਟਾ ਇੱਕ ਉਲਟਾ ਬਣਾਉਣਾ, ਬਸ ਦੋ ਧਾਗਿਆਂ ਨੂੰ ਬੁਣਨਾ ਸਿੱਧੇ ਜਾਂ ਸਿੱਧੇ ਜਾਂ ਡਿਜ਼ਾਇਨ, ਸਿਰਫ ਵੀ ਦੂਜਾ ਧਾਗਾ ਪਹਿਲਾਂ ਬੁਣਨਾ, ਪਹਿਲਾ ਧਾਗਾ ਦੁਬਾਰਾ ਬੁਣਨਾ। ਇਸ ਤਰ੍ਹਾਂ ਫਿਰ ਜਿਹੜਾ ਆਪਾਂ ਦੂਜਾ ਧਾਗਾ ਇਹਨੂੰ ਪਹਿਲਾਂ ਬੁਣ ਲਾਂਗੇ, ਜਿਹੜਾ ਪਹਿਲਾ ਧਾਗਾ ਨੂੰ ਫਿਰ ਸਿੱਧਾ ਬੁਣ ਲਾਂਗੇ। ਇਸ ਤਰ੍ਹਾਂ ਹੁਣ ਆਪਾਂ ਆ ਗਏ ਦੀ ਬੈਕ ਸਾਈਡ। ਬੈਕ ਸਾਈਡ ਆਪਾਂ ਕੀ ਕਰਨਾ, ਜਿਹੜੇ ਆਪਾਂ ਦੋ ਧਾਗੇ ਸਿੱਧੇ ਬੁਣਦੇ ਹਾਂ ਉਹਨਾਂ ਨੂੰ ਤਾਂ ਆਪਾਂ ਇੱਧਰ ਉਲਟੇ ਬਣਾਉਣਾ, ਜਿਹੜਾ ਉੱਧਰ ਇੱਕ ਉਲਟਾ ਬੁਣਦੇ ਹਾਂ ਉਹਨੂੰ ਇੱਧਰ ਸਿੱਧਾ ਬੁਣਨਾ। ਇਸ ਤਰ੍ਹਾਂ ਧਾਗਾ ਫਿਰ ਆਪਣੀ ਸਾਈਡ, ਦੋ ਧਾਗੇ ਉਲਟੇ, ਤਿੰਨ ਧਾਗਿਆਂ ਦਾ ਡਿਜ਼ਾਇਨ ਇਹ। ਇਸ ਤਰ੍ਹਾਂ ਜਿਹੜੇ ਡਿਜ਼ਾਇਨ ਵਾਲੇ ਨੇ ਉਹਨਾਂ ਨੂੰ ਉਲਟਾ, ਜਿਹੜੇ ਆਪਾਂ ਉੱਧਰ ਸਿੱਧਾ ਬੁਣਿਆ ਸੀਗਾ ਉਹਨੂੰ ਇੱਧਰ ਇਸ ਤਰ੍ਹਾਂ ਸਿੱਧੀ ਬਣਾਉਣਾ। ਬਿਲਕੁਲ ਸੌਖਾ ਜਿਹਾ ਡਿਜ਼ਾਇਨ ਆ ਅਤੇ ਬਹੁਤ ਜਲਦੀ ਜਲਦੀ ਬਣਦਾ, ਬਣਾ ਕੇ ਜ਼ਰੂਰ ਵੇਖਿਓ। ਦੋ ਸਿਲਾਈਆਂ 'ਤੇ ਡਿਜ਼ਾਇਨ ਆ, ਇਹੀ ਦੋ ਸਿਲਾਈਆਂ ਦੁਬਾਰਾ ਦੁਬਾਰਾ ਰਿਪੀਟ ਹੋਈ ਜਾਣਗੀਆਂ। ਇਹਦੇ ਸਿੱਧੀ ਬੈਕ ਸਾਈਡ ਕੋਈ ਵੀ ਸਿਲਾਈ ਸਿੱਧੀ ਨਹੀਂ ਲੰਘਦੀ, ਇਸੇ ਤਰੀਕੇ ਚੱਲੀ ਜਾਊਗਾ। ਲਾਸਟ ਵਾਲਾ ਆਪਾਂ ਸਿੱਧਾ ਬੁਣ ਲਾਂਗੇ। ਬੈਕ ਸਾਈਡ ਤੋਂ ਆਪਣਾ ਇਸ ਤਰ੍ਹਾਂ ਬਣ ਕੇ ਆਉਂਦਾ, ਦੋਨੋਂ ਸਾਈਡ ਡਿਜ਼ਾਇਨ ਬਣੀ ਜਾਂਦਾ ਇਹ, ਬੈਕ ਸਾਈਡ 'ਤੇ ਵੀ ਆਪਣਾ ਬਣੀ ਜਾਂਦਾ ਅਤੇ ਸਿੱਧੀ ਸਾਈਡ ਇਹ ਆਪਣਾ ਇਸ ਤਰ੍ਹਾਂ ਬਣ ਕੇ ਆਉਂਦਾ। ਬਹੁਤ ਸੋਹਣਾ ਲੱਗਦਾ, ਬਣਾ ਕੇ ਜ਼ਰੂਰ ਵੇਖਿਓ ਕਿਵੇਂ ਲੱਗਿਆ, ਕਮੈਂਟ ਕਰਕੇ ਦੱਸਿਓ। ਸਾਡੀ ਵੀਡੀਓ ਵੇਖਣ ਲਈ, ਸਾਡੇ ਨਾਲ ਜੁੜੇ ਰਹਿਣ ਲਈ ਬਹੁਤ ਬਹੁਤ ਥੈਂਕ ਯੂ ਜੀ।